ਲੋਕਾਂ ਦੇ ਫੋਕਲ ਪੁਆਇੰਟ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਚੁੱਕੇ ਨੇ ਕਿ ਇੱਥੇ ਸਾਰੀ ਇੰਡਸਟਰੀ ਬੰਦ ਹੋ ਰਹੀ ਹੈ ਅਤੇ ਇੱਥੋਂ ਦੀ ਇੰਡਸਟਰੀ ਦੂਜੇ ਰਾਜਾਂ ਵਿੱਚ ਜਾ ਰਹੀ ਹੈ। ਇੱਕ ਸਮਾਂ ਅਜਿਹਾ ਸੀ ਕਿ ਜਦੋਂ ਮੋਗਾ ਦੇ ਫੋਕਲ ਪੁਆਇੰਟ ਦੀ ਇੰਡਸਟਰੀ ਦਾ ਨਾਮ ਪੂਰੇ ਭਾਰਤ ਵਿੱਚ ਗਰਵ ਨਾਲ ਲਿਆ ਜਾਂਦਾ ਸੀ, ਲੇਕਿਨ ਹੁਣ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਇੰਡਸਟਰੀ ਵਾਲਿਆਂ ਤੋਂ ਮਜ਼ਦੂਰਾਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾਂਦੀਆਂ। ਕਾਰਨ ਇਹ ਕਿ ਫੋਕਲ ਪੁਆਇੰਟ ਦਾ ਵਿਕਾਸ ਨਹੀਂ ਹੋ ਰਿਹਾ ਅਤੇ GST ਲੱਗਣ ਤੋਂ ਬਾਅਦ ਇਸ ਦਾ ਹਾਲ ਹੋਰ ਵੀ ਪੈੜਾ ਹੋ ਚੁੱਕਿਆ। ਉੱਥੇ ਸਰਕਾਰ ਦੁਆਰਾ ਵੀ ਲੰਬੇ ਸਮੇਂ ਤੋਂ ਇਸ ਇੰਡਸਟਰੀ ਦੀ ਤਰਫ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇਕਰ ਅਸੀਂ ਮੋਗਾ ਦੇ ਫੋਕਲ ਪੁਆਇੰਟ ਦੀ ਗੱਲ ਕਰੀਏ ਤਾਂ ਇੱਥੇ ਸੜਕਾਂ, ਨਾਲਿਆਂ, ਸੀਵਰੇਜ ਅਤੇ ਸਟਰੀਟ ਲਾਈਟ ਦਾ ਵੀ ਪੈੜਾ ਹਾਲ ਹੈ। ਮੀਡੀਆ ਦੁਆਰਾ ਫੋਕਲ ਪੁਆਇੰਟ ਦੀ ਹਾਲਤ ਦਿਖਾਉਣ ਤੋਂ ਬਾਅਦ ਸਰਕਾਰ ਦੁਆਰਾ ਬਣਾਏ ਗਏ ਚੇਅਰਮੈਨ ਲਘੂ ਉਦਯੋਗ ਗੁਰਪ੍ਰੀਤ ਸਿੰਘ ਗੋਗੀ ਇੱਥੋਂ ਦੇ ਹਾਲਾਤ ਦੇਖਣ ਪਹੁੰਚੇ। ਉਹਨਾਂ ਨੇ ਫੋਕਲ ਪੁਆਇੰਟ ਇੰਡਸਟਰੀ ਦੇ ਮਾਲਕਾਂ ਨਾਲ ਮੀਟਿੰਗ ਵੀ ਕੀਤੀ। ਇੱਥੇ ਉਹਨਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਉਦਯੋਗਿਕ ਫੋਕਲ ਪੁਆਇੰਟ ਦਾ ਢਾਂਚੇ ਨੂੰ ਮਜ਼ਬੂਤ ਕਰਨ ਲਈ 9.71 ਕਰੋੜ ਰੁਪਏ ਦੀ ਗ੍ਰਾਂਟ ਦੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਫੋਕਲ ਪੁਆਇੰਟ ਦੀ ਸੜਕਾਂ ਨੂੰ 22 ਫੁੱਟ ਚੌੜਾ ਕੀਤਾ ਜਾਵੇਗਾ। ਉੱਥੇ ਹੀ ਮੋਗਾ ਦੇ ਫੋਕਲ ਪੁਆਇੰਟ ਦੇ ਚੇਅਰਮੈਨ JP ਖੰਨਾ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਬੰਦ ਹੋ ਰਹੀ ਹੈ, ਸਰਕਾਰ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ। ਮੋਗਾ ਦੇ ਵੀ ਵਿਜ਼ਿਟ ਰੱਖੀ ਗਈ ਹੈ, ਸਪੈਸ਼ਲ ਮੀਟਿੰਗ ਕੀਤੀ ਗਈ ਹੈ ਇੰਡਸਟਰੀ ਡਿਪਾਰਟਮੈਂਟ ਨਾਲ। ਕੀ ਇੱਥੇ ਸਮੱਸਿਆਵਾਂ ਸੁਣਨ ਨੂੰ ਮਿਲੀਆਂ ਸਰ? ਇੱਥੇ ਪ੍ਰੋਬਲਮ ਜਿਹੜੀ ਇੰਫਰਾਸਟ੍ਰਕਚਰ ਦੀ ਥੋੜ੍ਹੀ ਬਹੁਤੀ ਹੈਗੀ ਹੈ, ਜਿਵੇਂ ਸੀਵਰੇਜ ਵਗੈਰਾ ਬੰਦ ਰਿਹਾ, ਸੜਕਾਂ ਵਗੈਰਾ ਟੁੱਟੀਆਂ ਨੇ, ਲਾਈਟਾਂ ਲੁਟਾਂ ਦਾ, ਉਹ ਅਸੀਂ 10 ਕਰੋੜ ਦੇ ਕਰੀਬ ਸਿਡਬੀ ਤੋਂ ਅਸੀਂ ਫੰਡ ਲੈ ਕੇ ਕਲੀਅਰ ਹੋ ਗਿਆ ਹੈਗਾ। ਮੇਰਾ ਖਿਆਲ ਅਸੀਂ ਮਹੀਨੇ 'ਚ ਟੈਂਡਰ ਲਾ ਕੇ ਇਹਨਾਂ ਦੀਆਂ ਸੜਕਾਂ ਜਿਹੜੀਆਂ 7.5 ਕਰੋੜ ਦੀਆਂ ਸੜਕਾਂ ਨੇ, 1.5 ਕਰੋੜ ਰੁਪਇਆ ਲਾਈਟਾਂ 'ਤੇ ਆ, ਬਾਕੀ 53 ਲੱਖ ਰੁਪਈਆ ਬਾਉਂਡਰੀ ਵਾਲਾ, 10 ਲੱਖ ਰੁਪਇਆ ਗ੍ਰੀਨ ਬੈਲਟ 'ਤੇ ਆ। ਕੁੱਲ ਮਿਲਾ ਕੇ ਮਤਲਬ 10.25 ਕਰੋੜ ਰੁਪਇਆ ਅਸੀਂ ਇਹਨਾਂ ਨੂੰ ਦੇ ਤਾ, ਠੀਕ ਹੈ। SPV ਇਹਨਾਂ ਦੀ ਬਣੀ ਹੋਈ ਆ, ਉਹ ਮੇਰਾ ਖਿਆਲ ਦੋ ਅਸੀਂ ਮਹੀਨੇ 'ਚ ਟੈਂਡਰ ਲਾ ਦਿਆਂਗੇ, ਇਹਦੇ ਮਹੀਨੇ 1.5 ਮਹੀਨੇ ਦੇ ਵਿੱਚ 2.5-3 ਮਹੀਨੇ ਤੋਂ ਬਾਅਦ ਇਹਨਾਂ ਡਿਵੈਲਪਮੈਂਟ ਸ਼ੁਰੂ ਹੋ ਜੂਗੀ ਇੱਥੇ ਕੋਲ। ਅਤੇ ਜਿਹੜੇ ਇਹਨਾਂ ਦੀਆਂ ਕੋਈ ਪੋਲਿਸੀ ਮੈਟਰਸ ਨੇ, ਉਹ ਮੈਂ ਇਹਨਾਂ ਤੋਂ ਮੈਮੋਰੈਂਡਮ ਲੈ ਲਿਆ, ਉਹ ਆਪਣੇ ਉੱਥੇ ਮੈਂ ਆਫਿਸਰ ਦੇ ਨਾਲ ਬੈਠ ਕੇ ਡਿਸਕਸ ਕਰਕੇ ਇਹਨਾਂ ਨੂੰ ਕਿਸ ਤਰੀਕੇ ਨਾਲ ਇਹਨਾਂ ਨੂੰ ਇਹਨਾਂ ਤੋਂ ਚੀਜ਼ਾਂ ਤੋਂ ਨਿਜਾਤ ਹੋ ਰਹੀ, ਇਹਨਾਂ ਦੀ ਪ੍ਰੋਬਲਮ ਕਿੱਦਾਂ ਹੱਲ ਕਰਨੀ ਹੈ, ਇਹ ਇਹਨਾਂ ਨੂੰ ਮੈਂ ਨੈਕਸਟ ਵੀਕ ਦੱਸੂੰਗਾ। ਇੰਡਸਟਰੀ ਸਾਰੀ ਮੋਗਾ ਤੋਂ ਬਾਹਰ ਨਿਕਲ ਰਹੀ ਹੈਗੀ ਹੈ, ਕੀ ਤੁਹਾਡਾ ਫੰਡ ਜਿਹੜਾ ਹੈ ਇਹਨੂੰ ਸਟੈਬਲਿਸ਼ ਕਰ ਸਕੇਗਾ ਜੀ? ਬਿਲਕੁਲ ਕਰ ਪਾਏਗਾ, ਕਿਉਂ ਨਹੀਂ ਕਰ ਪਾਏਗਾ, ਕੰਮ ਕਰਨਗੇ, ਦੋਸਤ ਆਏ ਆ, ਕੰਮ ਕਰਾਂਗੇ। ਅਤੇ ਕੀ ਸਮੇਂ ਤੋਂ ਤੁਸੀਂ ਫੰਡ ਜਿਹੜੇ ਹੈਗੇ ਇਹਨਾਂ ਦੀ ਇੰਡਸਟਰੀ ਨੂੰ ਅਗਾਹ ਚਲਾ ਪਾਉਣਗੇ? ਸਾਹਿਬ ਜੀ, ਜਦੋਂ ਤੁਹਾਡਾ ਇਨਫਰਾਸਟ੍ਰਕਚਰ ਕਲੀਅਰ ਹੋਊਗਾ, ਠੀਕ ਹੋਊਗਾ, ਲੋਕ ਆਉਣ ਜਾਣ ਲੱਗਣਗੇ, ਇਹਨਾਂ ਨੂੰ ਲੇਬਰ ਵੀ ਆਏਗੀ, ਜੇ ਸਾਰਾ ਕੁਛ ਸਹੀ ਹੋਊਗਾ ਤਾਂ ਕਿਉਂ ਨਹੀਂ ਇੰਡਸਟਰੀ ਚੱਲੂਗੀ, ਠੀਕ ਹੈ ਨਾ। ਸਰਕਾਰ ਵੱਲੋਂ ਅਸੀਂ ਪੂਰਾ ਭਰੋਸਾ ਦਵਾਉਂਦੇ ਹਾਂ, ਸਰਕਾਰ ਇੰਡਸਟਰੀ ਦੇ ਨਾਲ ਆ, ਸਰਕਾਰ ਇੰਡਸਟਰੀ ਨੂੰ ਗਰੋ ਕਰਨ ਦੇ ਵਿੱਚ ਸਾਡੀ ਕਾਂਗਰਸ ਪਾਰਟੀ ਹੈ ਜਿਹੜੀ, ਸਾਡੇ ਕੈਪਟਨ ਅਮਰਿੰਦਰ ਸਿੰਘ ਮੁੱਖਮੰਤਰੀ, ਉਹ ਪੂਰਾ ਉਹਨਾਂ ਦਾ ਫੋਕਸ ਇੰਡਸਟਰੀ ਦੇ ਉੱਤੇ ਹੀ ਆ ਕਿ ਅਸੀਂ ਇੰਡਸਟਰੀ ਨੂੰ ਕਿਸ ਤਰੀਕੇ ਨਾਲ ਅਸੀਂ ਪ੍ਰਫੁੱਲਤ ਕਰਨਾ, ਕਿਸ ਤਰੀਕੇ ਨਾਲ ਇਹਨਾਂ ਦੀਆਂ ਕੋਈ ਜਿਹੜੀਆਂ ਪ੍ਰੋਬਲਮ ਦੇਣਾ, ਤਾਂ ਹੀ ਗਰਾਸ ਰੂਟ 'ਤੇ ਜਾ ਕੇ ਡੋਰ ਟੂ ਡੋਰ ਹਰ ਇੰਡਸਟਰੀਜ਼ ਦੀ ਪ੍ਰੋਬਲਮ ਸੁਣ ਕੇ ਉਹਨਾਂ ਦਾ ਸਾਰਾ ਸਿਸਟਮ ਖਲਣਾ ਤਿਆਰ ਕਰ ਰਹੇ ਹਾਂ, ਠੀਕ ਹੈ। 1.5-1.5 ਮਹੀਨੇ ਬਾਅਦ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਸਾਰੇ ਪੰਜਾਬ ਦੀ ਇੰਡਸਟਰੀ ਦੀਆਂ ਜੋ ਪ੍ਰੋਬਲਮਸ ਨੇ ਉਹਨਾਂ ਨੂੰ ਦੱਸੀਆਂ ਜਾਣਗੀਆਂ, ਔਰ ਜੋ ਸਾਡੇ ਲੈਵਲ 'ਤੇ ਹੋਈਆਂ ਅਸੀਂ ਦੂਰ ਕਰਾਂਗੇ, ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਲੈਵਲ ਦੀਆਂ ਹੋਈਆਂ ਅਸੀਂ ਉਹਨਾਂ ਨੂੰ ਬੇਨਤੀ ਕਰਕੇ ਉਹਨਾਂ ਤੋਂ ਦੂਰ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਕੋਈ ਹੋਰ ਸਬਸਿਡੀ ਬਾਰੇ ਵੀ ਸੋਚ ਰਹੇ? ਸਬਸਿਡੀ ਦਾ ਜੇ ਪੋਲਿਸੀ ਮੈਟਰ ਹੈ, ਇਹਦੇ ਬਾਰੇ ਮੈਂ ਕੁਛ ਵੀ ਨਹੀਂ ਕਹਿ ਸਕਦਾ ਜੀ, ਇਹ ਸਰਕਾਰ ਦੀ ਪੋਲਿਸੀ ਹੈ, ਜੋ ਸਰਕਾਰ ਬਣਾਏਗੀ ਉਹ ਲਾਗੂ ਹੋ ਜਾਏਗੀ। ਖੰਨਾ ਸਾਹਿਬ, ਅੱਜ ਇੰਡਸਟਰੀ ਦੇ ਚੇਅਰਮੈਨ ਆਏ ਨੇ, ਤੁਹਾਡੀਆਂ ਸਮੱਸਿਆਵਾਂ ਉਹਨਾਂ ਨੇ ਕਾਫੀ ਸੁਣੀਆਂ ਹੈਗੀਆਂ, ਕੀ ਆਸ਼ਵਾਸ ਦਿੱਤਾ ਉਹਨਾਂ ਨੇ? ਉਹ ਸਾਰੇ ਸਿੱਖ ਵਾਸਤੇ ਕਹਿੰਦੇ ਜਿਹੜੀਆਂ ਕੋਈ ਸੜਕਾਂ ਵਗੈਰਾ ਸਾਡੇ ਹੋਣ ਵਾਲਾ ਕੰਮ, ਬਿਜਲੀ ਦਾ, ਸੀਵਰੇਜ ਦਾ, ਵੀ ਉਹ ਅਸੀਂ ਸੈਂਟਰ ਗੌਰਮੈਂਟ ਦੀ ਸਕੀਮ ਹੈ IGD ਦੇ ਵਿੱਚ 20 ਪੈਸੇ ਪੰਜਾਬ ਸਰਕਾਰ ਨੇ ਲਾਉਣੇ, 80 ਪੈਸੇ ਸੈਂਟਰ ਗੌਰਮੈਂਟ ਨੇ ਲਾਉਣੇ, ਉਹ ਸਾਨੂੰ ਕੋਈ ਤਕਰੀਬਨ 10 ਕਰੋੜ ਰੁਪਈਆ ਜਿਹੜਾ ਮਨਜ਼ੂਰ ਹੋਇਆ, ਉਹ 2-3 ਮਹੀਨਿਆਂ ਜਿੱਥੇ ਕੰਮ ਚੱਲੂਗਾ, ਅਤੇ ਸੜਕਾਂ ਵਗੈਰਾ ਦੀ ਹਾਲਤ ਉਮੀਦ ਆ ਵੀ ਠੀਕ। ਅਤੇ ਇਹ ਫੰਡ ਆਉਣ ਦੇ ਨਾਲ ਕੀ ਇੰਡਸਟਰੀ ਨੂੰ ਕੋਈ ਬਲ ਮਿਲੇਗਾ ਜੀ?
ਇਹਦੇ ਨਾਲ ਕੋਈ ਬਹੁਤਾ ਅੰਤਰ ਨਹੀਂ ਪੈਣਾ, ਇਹਦੇ ਸਿਰਫ ਸਾਡੀ ਸਹੂਲਤ ਹੋਊਗੀ, ਲੇਕਿਨ ਜਿਹੜੀ ਮੇਨ ਪ੍ਰੋਬਲਮ ਆ ਰਹੀ ਹੈ ਇੰਡਸਟਰੀ ਨੂੰ ਉਹ ਆ ਰਹੀ ਹੈ ਜਿਵੇਂ GST ਦਾ ਹੀ ਸੀ। GST ਦੇ ਵਿੱਚ ਸਾਡੀ ਮੇਨ ਇੰਡਸਟਰੀ ਮੋਗੇ ਦੇ ਵਿੱਚ ਹੈ ਉਹ ਐਗਰੀਕਲਚਰ ਇੰਪਲੀਮੈਂਟ ਐਂਡ ਪਾਰਟਸ ਦੀ ਹੈ ਜ਼ਿਆਦਾ। ਇੱਕ ਇਹਦੇ ਚਾਹੇ ਮੋਗੇ ਨੂੰ ਸਿਟੀ ਆਫ ਥ੍ਰੈਸ਼ਰ ਕਹਿੰਦੇ ਹੁੰਦੇ ਸੀ, ਜਦੋਂ ਕਿ ਇਹਦੇ 'ਤੇ ਉਸ ਵਕਤ ਚਾਹੇ ਵੈਟ ਸੇਲ ਟੈਕਸ ਸੀ ਜਾਂ ਵੈਟ ਸੀ, ਬਿਲਕੁਲ 0% 'ਤੇ ਟੈਕਸ ਕੋਈ ਨਹੀਂ ਸੀ। ਜਦੋਂ ਦਾ GST ਲਾਇਆ ਇਹਦੇ 'ਤੇ ਬਲਕਿ 12% ਲਾ ਤਾ, ਉਹਦੇ 'ਚ ਪਾਰਟਸ ਵਗੈਰਾ ਕੁਛ ਨਹੀਂ ਲਿਖਿਆ। ਉਹਦੀ ਬੜੀ ਤਕੜੀ ਪ੍ਰੋਬਲਮ ਹੈ ਜੀ, ਉਹ ਸਿੱਧਾ ਭਾਰ ਜ਼ਿਮੀਂਦਾਰ 'ਤੇ ਜਾ ਕੇ ਪੈ ਰਿਹਾ। ਜੇ ਗੱਲ ਕਰੀਏ ਇੰਡਸਟਰੀ ਦੇ ਜਿਹੜੇ ਪਲੋਟਸ ਵਗੈਰਾ ਦੇ ਸੀਗੇ ਜੀ, ਉਹ ਵੀ ਕਾਫੀ ਰੀਸੈਲ ਹੋ ਗਏ, ਇੰਡਸਟਰੀ ਬਿਲਕੁਲ ਬੰਦ ਹੋ ਰਹੀ ਹੈ, ਕੀ ਇਹ GST ਨੂੰ ਲੈਂਦੇ ਹੋ ਜਾਂ ਇੱਥੋਂ ਦਾ ਇੰਫਰਾਸਟ੍ਰਕਚਰ ਨੂੰ ਲੈਂਦੇ ਆਪਾਂ ਜੀ? ਅੱਜ ਤੁਹਾਨੂੰ ਫਿਰ ਕੀ ਲੱਗ ਰਿਹਾ ਜੀ, ਤੁਹਾਨੂੰ ਵੀ ਇਹਨਾਂ ਦੇ ਨਾਲ ਕੋਈ ਫਰਕ ਪਊਗਾ ਜੀ? ਦੇਖੋ ਜੀ ਆਸ਼ਵਾਸਨ ਦੇ ਰਹੇ ਆ, ਬਾਕੀ ਸਮਾਂ ਦੱਸੂਗਾ। ਕੋਈ ਸਬਸਿਡੀ ਬਾਰੇ ਗੱਲ ਹੋਈ? ਸਬਸਿਡੀ ਦੀ ਕੋਈ ਗੱਲ ਨਹੀਂ, ਕੋਈ ਸਬਸਿਡੀ ਨਹੀਂ ਸਰਕਾਰ। ਜੇ ਅਸੀਂ ਕਲਸਟਰ ਵਾਸਤੇ ਸੀ, ਸਾਨੂੰ 80 ਪੈਸੇ ਸੈਂਟਰ ਗੌਰਮੈਂਟ ਨੇ ਦੇਣੇ ਸੀ, 20 ਪੈਸੇ ਵਾਸਤੇ ਅਸੀਂ ਪਲਾਟ ਮੰਗਦੇ, ਪਲਾਟ ਪਿਆ ਸਾਨੂੰ ਸਰਕਾਰ ਤੋਂ ਪਲਾਟ ਹੀ ਨਹੀਂ ਮਿਲ ਸਕਿਆ। ਉਹ ਕਹਿੰਦੇ ਪੈਸੇ ਝੂਠ ਲੈ, ਪੈਸੇ ਦੇ ਕੇ ਸਾਡੇ ਬੰਦੇ ਲੈ। ਜੇ ਹੁਣ ਗੱਲ ਕਰੀਏ ਜਿਵੇਂ ਲਾਈਟ ਇਸ ਵੇਲੇ ਬਹੁਤ ਜ਼ਿਆਦਾ ਮਹਿੰਗੀ ਹੋ ਰਹੀ ਹੈ ਜੀ ਪੰਜਾਬ ਦੇ ਵਿੱਚ, ਉਹਦੇ ਨਾਲ ਇੰਡਸਟਰੀ ਨੂੰ ਕਿੰਨਾ ਕੁ ਫਰਕ ਪਿਆ? ਬਹੁਤ ਜ਼ਿਆਦਾ ਜੀ। ਜਿਹੜੀ ਸਾਡੇ ਜੇ ਸਾਡੀ ਇੰਡਸਟਰੀ ਤੋਂ ਹਿੱਲਣ ਦਾ ਕਾਰਨ ਵੀ ਇਹੀ ਹੈ ਵੀ ਜਿਹੜੇ ਗੁਆਂਢੀ ਸੂਬੇ ਆ, ਦੋ JNK ਹੈ ਜਾਂ ਹਿਮਾਚਲ 'ਚ ਹੈ, ਉੱਥੇ ਬਹੁਤ ਜ਼ਿਆਦਾ ਇਸ ਗੱਲ ਦੀਆਂ ਸਬਸਿਡੀਆਂ, ਇਨਕਮ ਟੈਕਸ, ਸੇਲ ਟੈਕਸ, ਵੈਟ ਆ ਜਦੋਂ GST ਆਉਣ ਤਾਂ, ਅਤੇ ਬਿਜਲੀ ਤਾਂ ਉੱਥੇ ਸਸਤੀ ਹੈ। ਉਹ ਚੀਜ਼ਾਂ ਜੇ ਸਾਡੀ ਪੰਜਾਬ ਸਰਕਾਰ ਵੀ ਸਾਨੂੰ ਦੇ ਦੇ ਤਾਂ ਸਾਡੀ ਪੰਜਾਬ ਦੇ ਵਿੱਚ ਇੰਡਸਟਰੀ ਪ੍ਰਫੁੱਲਿਤ ਹੋ ਸਕੇ। ਆਵਾਜ਼ੀ ਕੌਮ TV ਲਈ ਮੋਗਾ ਤੋਂ ਜਮਕੌਰ ਸਿੰਘ ਲੋਕਪਾਲ ਦੀ ਰਿਪੋਰਟ।